ਅਸਲ ਵਿੱਚ ਤੇ ਗੁਰੂ ਸਾਹਿਬ ਦਾ ਬਚਨ ਮੰਨਣਾ ਹੀ ਗੁਰੂ ਨੂੰ ਨਮਸਕਾਰ ਹੁੰਦੀ ਹੈ। ਹਾਂ ਚ ਹਾਂ ਮਿਲਾਓ ਤਾਂ ਹੀ ਮੱਥਾ ਟੇਕਣਾ, ਨਹੀਂ ਤੇ ਅਪਰਾਧੀ ਦੂਣਾ ਨੂੰ ਬੜੀ ਦੁਨੀਆ ਨਿਭਦੀ ਹੈ ਮੱਥੇ ਟੇਕਦੀ ਹੈ। ਪਰ ਜੇ ਮਨ ਨਾ ਝੁਕੇ, ਅੰਦਰੋਂ ਅਸੀਂ ਸਰੈਂਡਰ ਨਾ ਕਰੀਏ, ਆਪਣੇ ਆਪ ਨੂੰ ਸਮਰਪਿਤ ਨਾ ਕਰੀਏ, ਗੁਰੂ ਸਾਹਿਬ ਜੀ ਦੇ ਬਚਨ ਨੂੰ ਮੰਨੀਏ ਨਾ, ਉਸ ਬਚਨ ਨੂੰ ਮੰਨ ਕਰਕੇ ਨਾ ਮੰਨੀਏ, ਤੇ ਫਿਰ ਐਵੇਂ ਭਾਵੇਂ ਮੱਥੇ ਦਿਨ ਰਾਤ ਟੇਕੀ ਜਾਈਏ ਉਹਦਾ ਕੋਈ ਫਾਇਦਾ ਨਹੀਂ। ਫਿਰ ਤੇ ਇੱਕ ਕਰਮ ਕਾਂਡ ਜਿਹਾ ਬਣ ਜਾਂਦਾ ਜੋ ਅਸੀਂ ਸਾਰੇ ਅੱਜ ਕਰ ਹੀ ਰਹੇ ਹਾਂ। ਕਰਮ ਕਾਂਡ ਨੂੰ ਅਸੀਂ ਧਰਮ ਸਮਝਦੇ ਹਾਂ, ਪਰ ਧਰਮ ਦਾ ਸੰਬੰਧ ਸਾਡੇ ਮਨ ਨਾਲ ਹੈ, ਧਰਮ ਦਾ ਸੰਬੰਧ ਸਾਡੇ ਤਨ ਦੇ ਝੁਕਣ ਨਾਲ, ਤਨ ਤੇ ਪਹਿਰਾਵਾ ਪਾਉਣ ਨਾਲ, ਜੀਵ ਦੇ ਗਾਉਣ ਨਾਲ ਨਹੀਂ। ਇਹ ਸਾਰੇ ਦੀ ਸਾਰੀ ਮਨ ਦੀ ਖੇਡ ਹੈ। ਮਨ ਸਮਝ ਰਿਹਾ, ਮਨ ਗਾ ਰਿਹਾ, ਮਨ ਬਦਲ ਰਿਹਾ, ਸਾਰੀ ਗੱਲ ਇੱਥੇ ਨਿਬੜਦੀ ਹੈ।